ਕਿ ਤੇ ਸੁੰਦਰ ਡਾਂਸ ਕਰ ਰਹੀ ਹੈ ਇਹ ਡਾਂਸਿੰਗ ਡੋਲ ਹੈ ਨਹੀਂ ਮੁਸ਼ਾ ਇਹਦੇ ਹਸਬੰਡ ਦੀ ਆ ਉਹੀ ਹੋਊਗਾ ਲਈ ਮੁਸ਼ਾ ਕੀ ਬਾਤ ਹੈ ਇਹ ਡਾਂਸ ਹੀ ਕਰਾਈ ਆ ਇਹ ਸਨਾਤਨ ਧਰਮ ਚ ਮਿੱਟੀ ਦੀ ਪੂਜਨੀਆ ਮੰਨਿਆ ਜਾਂਦਾ 100-125 ਰੁਪਏ ਦੀ ਇਹ ਦੋ ਮੂਰਤੀਆਂ ਲਖਨਊ ਦੇ ਮੁਹੰਮਦਨ ਕਾਰੀਗਰ ਇਹ ਭਗਵਾਨ ਦੀ ਮੂਰਤੀ ਬਣਾਉਂਦੇ ਉਹ ਬਣਾਉਂਦੇ ਮੂਰਤੀ ਹੈਲੋ ਗਾਇਸ ਗੁਰੂ ਆਜੀ ਦਾ ਜਨਮ ਜਨਮ ਉਸ ਮੈਂ ਆਪਕਾ ਸਵਾਗਤ ਹੈ ਮੈਂ ਹੂੰ ਆਪਕਾ ਹੋਸਟ ਦੋਸਤ ਬੋਲਦਾ ਸ਼ਿਵਿੰਦਰ ਸਿੰਘ ਤੇ ਮਹਾਰਾਜ ਮੈਂ ਆ ਰਿਹਾ ਅੱਜ ਪੱਕੇ ਟੰਗੇ ਤੇ ਤੁਹਾਨੂੰ ਕੀ ਦੱਸਣ ਆ ਰਿਹਾ ਮੇਰੇ ਇੱਧਰ ਦੇਖੋ ਇਕੜੀ ਬੱਕੀ ਦੇਖੋ ਇਹ ਸਾਰੀ ਮਿੱਟੀ ਦੀ ਮੂਰਤੀ ਆ ਨਾ ਤੇ ਜਿਹੜੀ ਇਹ ਦੁਕਾਨ ਆ ਇਹ 40 ਗੁਲੂ 50 ਸਾਲ ਪੁਰਾਣੀ ਆ ਅੰਕਲ ਬੜੇ ਪੁਰਾਣੇ ਕੰਮ ਕਰਦੇ ਨੇ ਤੇ ਜਿੰਨੀ ਵੈਰਾਈਟੀ ਜਿੰਦੇ ਕੋਲ ਮੂਰਤੀਆਂ ਹਨ ਮਿਗੀ ਨਹੀਂ ਲੱਗਾ ਜੰਮੂ ਵਿੱਚ ਕਿਸੇ ਹੋਰ ਕੋਲ ਇੰਨੀ ਵੈਰਾਈਟੀ ਦੀ ਮੂਰਤੀ ਹੋਗ ਤੇ ਇੱਧਰ ਆਓ ਇਹ ਕੁਝ ਕਸਟਮਰ ਵੀ ਲੈ ਰਹੇ ਆ ਦੇਖੋ ਕਿਹੜੀਆਂ ਮੂਰਤੀਆਂ ਲੈ ਰਹੇ ਆ ਹੈਲੋ ਮੈਮ ਹਾਈ ਕੀ ਹਾਲ ਆ ਆਪਕਾ ਬਸ ਠੀਕ ਆਪ ਬਤਾਓ ਡੋਗਰੀ ਸਮਝ ਆਤੀ ਆ ਆਪਕੋ ਹਾਂ ਥੋੜੀ 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 ਅਸੀਂ ਇਹ ਕੀ ਲੈ ਰਹੇ ਹੋ ਆਪ ਕੁਝ ਨਹੀਂ ਇਹ ਡੋਲ ਥੀ ਡੋਲ ਦੇਖੋ ਕਿਤੇ ਸੁੰਦਰ ਡਾਂਸ ਕਰ ਰਹੀ ਹੈ ਇਹ ਡਾਂਸਿੰਗ ਡੋਲ ਹੈ ਕੀ ਬਾਤ ਹੈ ਕਿੰਨੇ ਕੀ ਹੈ ਇਹ ਕਿੰਨੇ ਕੀ ਬੋਲੀ 300 ਕੀ ਬਸ 300 ਕੀ ਹਾਂਜੀ ਇਹ ਮਿੱਟੀ ਕੀ ਹੈ ਕਿਸ ਕੀ ਹੈ ਮਿੱਟੀ ਕੀ ਹੈ ਮਿੱਟੀ ਕੀ ਹਾਂਜੀ ਹਸਬੰਡ ਵੀ ਹੈ ਸਾਥ ਮੇ ਹਸਬੰਡ ਵੀ ਇਸਕੇ ਸਾਥ ਮੇ ਇਹ ਕੁਦਰ ਗਿਆ ਭਈਆ ਹਸਬੰਡ ਦੀ ਮੁਸ਼ਾ ਮੜੀ ਹੈ ਵੱਡੀ ਲੜੀ ਜਨਾਬ ਕੀ ਹਾਲ ਹੈ ਆਪਣੀ ਮੁਸ਼ਾ ਅੰਦਰ ਕੇ ਲਾਈ ਹੈ ਇਹ ਪਿੱਛੋਂ ਆਂਦੀ ਹੈ ਨਾ ਕਲਕੱਤੇ ਤੋਂ ਆਂਦੇ ਸਾਰੇ ਇਹ ਨਹੀਂ ਲੱਗਾ ਭਈਆ ਇੱਕ ਮਿੰਟ ਦੱਸਿਓ ਇੱਕ ਮਿੰਟ ਦੱਸਿਓ ਭਈਆ ਇਹ ਦੇਖੋ ਜਨਾਬ ਜਿਹਨੇ ਹੀ ਮੁਸ਼ਾ ਇਹਦੇ ਹਸਬੰਡ ਦੀ ਹੈ ਉਹੀ ਹੋਊਗਾ ਲਈ ਮੁਸ਼ਾ ਇੱਧਰ ਕਰੋ ਨਾ ਮੁੰਡੀ ਥੱਲੇ ਇਹ ਮੁਸ਼ਾ ਹੈ ਯਾਰ ਇਹ ਆਪਣਾ ਕੋਈ ਸ਼ਕਲ ਭੇਜੀ ਮੂਰਤੀ ਬਣਵਾਈ ਇਹ ਸਮਝ ਲਓ ਜੋ ਸਮਝ ਲਓ ਤੇ ਕਿੰਨੇ ਆ ਕੰਮ ਕਾਜ ਕਿੰਨੇ ਚਲਾ ਕੰਮ ਠੀਕ ਆ ਅੱਛਾ ਚੱਲੇ ਕਰਦਾ ਹਾਂ ਬਿਲਕੁਲ ਅੱਛਾ ਕਿੰਨਾ ਪੁਰਾਣਾ ਕੰਮ ਆ ਭਈਆ 60-70 ਸਾਲ ਹੋਈ ਹੈ ਨਾ 60-70 ਤਰੀ ਪੀੜੀ ਹੈ ਤਰੀ ਪੀੜੀ ਹੈ ਹਾਂਜੀ ਮੇਰੇ ਦਾਦੇ ਲਾਂਦੇ ਹੈ ਉਹ ਵੀ ਲਖਨਊ ਤੋਂ ਲਿਆਂਦੇ ਹੈ ਮੇਰੇ ਫਾਦਰ ਸਾਹਿਬ ਇਹ ਵੀ ਲਖਨਊ ਜਾਂਦੇ ਹੈ ਮੈਂ ਵੀ ਲਖਨਊ ਜਾਂਦਾ ਉਧਰੋਂ ਲਿਆਂਦਾ ਸਾਡੇ ਕੋਲ ਆਂਦੇ ਨੇ ਜਿਹੜੇ ਸਾਡੇ ਕਸਟਮਰ ਲੱਗੇ ਦੇ ਨੇ ਜਿਹਨੇ ਪਤਾ ਦੀਵਾਲੀ ਪੂਜਾ ਲక్ష్ਮੀ ਗਣੇਸ਼ ਦੀ ਮਿੱਟੀ ਦੀ ਮੂਰਤੀ ਦੀ ਹੁੰਦੀ ਆ ਇਹ ਉਹ ਲਾਂਦੇ ਨਾਣੀ ਹੈ ਇੱਥੇ ਮੈਕਸਿਮਮ ਮਾਰਕੀਟ 'ਚ ਪੀਓਪੀ ਦੀ ਮੂਰਤੀਆਂ ਵਿਕਦੀਆਂ ਲੇਕਿਨ ਉਹਦਾ ਕੋਈ ਮਤਲਬ ਨਹੀਂ ਆ ਪੂਜਾ ਦਾ ਉਹ ਨਾ ਲਗਣੀ ਪੂਜਾ ਹੋ ਰਹੀ ਅਗਰ ਪੂਜਾ ਕਰਨਗੇ ਕੋਈ ਲਗਣੀ ਨਹੀਂ ਹੈ ਤੋ ਇਹ ਦੇਖ ਲਓ ਦੁਰਗਾ ਪੂਜਾ ਮਿੱਟੀ ਦੀ ਗਣੇਸ਼ ਪੂਜਾ ਮਿੱਟੀ ਦੀ ਸਾਰੇ ਮਿੱਟੀ ਦੀ ਪੂਜਾ ਹੁੰਦੀ ਸਾਡੇ ਸਨਾਤਨ ਧਰਮ 'ਚ ਮਿੱਟੀ ਕੀ ਪੂਜਨੀਆ ਮੰਨਿਆ ਜਾਂਦਾ ਅਸ ਇਨਸਾਨ ਆ ਅਸ ਵੀ ਇੱਕ ਦਿਨ ਮਿੱਟੀ 'ਚ ਗੇ ਰਲਣਾ ਮਿੱਟੀ ਸਭ ਤੋਂ ਉੱਚੀ ਤੇ ਸੁੱਚੀ ਹੁਣ ਅਸ ਇਹ ਦੇਖੋ ਇਹ ਮਹਾਰਾਜ ਤੁਸੀਂ ਆਪਣੀ ਦੁਕਾਨ ਛੱਡੀ ਇੱਥੇ ਕਿੱਥੇ ਵੜੀ ਹੋ ਮਹਾਰਾਜ ਇਹ ਹੁਣ ਦੇਖੋ ਸਾਡੇ ਲੱਗੀ ਆ ਨਾ ਸੀਜ਼ਨ ਹੁਣ ਹੁਣ ਪੈਸੇ ਵਟੀ ਆ ਫਿਰ ਇੱਥੇ ਵੜਾਣਾ ਨੇ ਸਾਡੇ ਰੀਤੀ ਰਿਵਾਜ ਆ ਸਾਰਾ ਅੱਛਾ ਪਹਿਲੇ ਅਸੀਂ ਆਪਣੀ ਦੁਕਾਨ 'ਤੇ ਕੰਮ ਕਰਨਾ 2-3 ਦਿਨ ਅੱਛਾ ਫਿਰ ਜਿਲੇ ਪੈਸੇ ਵਟੀ ਜਾਣੇ ਫਿਰ ਅਸੀਂ ਅੰਕਲ ਕੋਲੋਂ ਲక్ష్ਮੀ ਗਣੇਸ਼ ਅੱਛਾ ਤੇ ਕੁਬੇਰ ਜੀ ਲਈਏ ਉਹਦੀ ਪੂਜਾ ਕਰਨੇ ਵਾਸਤੇ ਰੱਖਣੀ ਅੱਛਾ ਫਿਰ ਅਗਲੇ ਸਾਲ ਦੁਬਾਰਾ ਨਵੇਂ ਲਾਣੇ ਦੁਬਾਰਾ ਨਵੇਂ ਲਾਣੇ ਬਿਲਕੁਲ 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 ਤੇ ਇਹ ਅੰਕਲ ਉਹਦੀ ਦੁਕਾਨ ਹੈ ਇਹ ਮਾਰੇ ਸਾਡੇ ਅੰਕਲ ਜੀ ਸਾਡੇ ਬਿਆਰ ਦੀ ਸ਼ਾਨ ਹੈ ਇਹ ਮਲਗੀ ਸਮਝ ਲਓ ਇਹ ਜਿੰਨੀ ਮਿਹਨਤ ਇਸ ਕੰਮ ਉੱਪਰ ਕਰਦੇ ਨਾ ਮੈਨੂੰ ਲੱਗਦਾ ਇਹ ਜਿਹੜੀ ਕੋਈ ਇੰਨੀ ਸਿਰ ਨਹੀਂ ਜਾਂਦਾ ਇਹ ਸਿਰਫ ਸ਼ੌਂਕੀਆ ਕੰਮ ਕਰਾ ਦੇਣਾ ਸ਼ੌਂਕੀਆ ਕੰਮ ਕਰਾ ਹਾਂ ਤੇ ਹੁਣ ਅਸਾਂ ਅੰਕਲ ਉਹਨਾਂ ਨਾਲ ਗੱਲ ਕਰਦੇ ਆ ਅੰਕਲ ਜੀ ਚਰਨ ਵੰਦਨਾ ਆਸ਼ੀਰਵਾਦ ਦੇ ਵਾਲੇ ਹੋਰ ਸੁਣਾਓ ਠੀਕ ਹੈ ਵਧੀਆ ਜੀ 6 ਸਾਲ ਬਾਲ ਹੈ ਵਾਹ ਬਾਲ ਜੀ ਬਾਲ ਹੈ ਬਹੁਤ ਬਾਲ ਤੇ ਕੀ ਮਤਲਬ ਕੀ ਹਿਸਾਬ ਹੁੰਦਾ ਮੂਰਤੀ ਦਾ ਇਹ ਕਿੱਥੋਂ ਆਉਂਦੇ ਕਿੱਥੋਂ ਕਨਸੈਪਟ ਆਇਆ ਤੁਹਾਡਾ ਪਿਛਲਾ ਕੇ ਚੱਲਦਾ ਹੋਣਾ ਦਾਦੇ ਪਰਦਾਦੇ ਸਾਡੇ ਪਿਤਾ ਜੀ ਚਲਾਉਂਦੇ ਹੈ ਨਾ ਪਹਿਲੇ ਅੱਛਾ ਅਸੀਂ ਨਿੱਕੇ ਨਿੱਕੇ ਸਾਨੂੰ ਸ਼ੌਕ ਪਈ ਆ ਅੱਛਾ ਫਿਰ ਅਸੀਂ ਵੀ ਮੂਰਤੀ ਲਾਉਣੀ ਸ਼ੁਰੂ ਕਰਨੀ ਆ ਅੱਛਾ ਫਿਰ ਜਿਵੇਂ ਜਿਵੇਂ ਲੋਕ ਅੱਖ ਲਗੇ ਯਾਰ ਬੜੇ ਯਾਰ ਕੁਆਲਿਟੀ ਦੀ ਅੱਛੀ ਆਉਂਦੀ ਆ ਬੜੀ ਅੱਛੀ ਮੂਰਤੀਆਂ ਔਰ ਬੜੀ ਵੱਡੀ ਗੱਲ ਤੇ ਆ ਜਿਹੜੇ ਕਾਰੀਗਰ ਨੇ ਇਹ ਮੁਹੰਮਦਨ ਕਾਰੀਗਰ ਨੇ ਸਾਡੇ ਅੱਛਾ ਮੁਹੰਮਦਨ ਕਾਰੀਗਰ ਹਾਂਜੀ ਲਖਨਊ ਦੇ ਮੁਹੰਮਦਨ ਕਾਰੀਗਰ ਇਹ ਭਗਵਾਨ ਦੀ ਮੂਰਤੀ ਬਣਾਉਂਦੇ ਉਹ ਬਣਾਉਂਦੇ ਮੂਰਤੀਆਂ ਕੀ ਬਾਤ ਹੈ ਇਹ ਉਹ ਦੇਖੋ ਕਿੰਨੀ ਕਲਾਕਾਰੀ ਹੁੰਦੇ ਕੋਲ ਕਲਾਕਾਰੀ ਕਿੰਨੇ ਉਹ ਦੇਖੋ ਆਸੇ ਦੂਜੇ ਹਾਰ ਬਣਾ ਰਹੇ ਉਹਦੇ ਸਿਰ ਬਣਾ ਰਹੇ ਨਾ ਉਹਦੇ ਸਿਰ ਬਣਾ ਰਹੇ ਠੀਕ ਹੈ ਨਾ ਇਹ ਸਾਰਾ ਤੁਹਾਡਾ ਆਰਡਰ ਪਹਿਲੇ ਹੀ ਜ਼ਿਆਦਾ ਹੁੰਦਾ ਕਿ ਇਸ ਟਾਈਮ ਕੋਈ ਜੂਨ ਮਹੀਨੇ ਚੱਲਿੰਦਾ ਆਰਡਰ ਜੀ ਜੂਨ ਮਹੀਨੇ ਆਰਡਰ ਚੱਲਿੰਦਾ ਤੇ ਹੁਣ ਇਸ ਵਾਰੀ ਕਿੰਨੀ ਮੂਰਤੀਆਂ ਲੈਂਦੀ ਤੁਸੀਂ ਇਸ ਵਾਰੀ ਬੜੀ ਮੂਰਤੀ ਸੀ ਸਾਡੇ ਕੋਲ ਸਾਡੀ ਮੈਕਸਿਮਮ ਖਤਮ ਹੋਈ ਮੂਰਤੀ ਵੈਸੇ ਸਮਾਪਤ ਹੈ ਲੈ ਅੱਛਾ ਸਮਾਪਤ ਹੈ ਅੱਛਾ ਲੇਕਿਨ ਅਸੀਂ ਇੱਕ ਹੋਰ ਵਿਚਾਰ ਰੱਖਿਆ ਹੁੰਦਾ ਗਰੀਬਾਂ ਦੀ ਗਵਾਂਦਾ ਦਿਹਾੜੀ ਵਾਲਾ ਬੰਦਾ ਉਹਨੇ ਵੀ ਪੂਜਾ ਕਰਨੀ ਨਾ ਉਹਦੇ ਮਨ ਦੇ ਵਿੱਚ ਚਾਈਜ਼ ਆ ਮੈਂ ਵੀ ਲక్ష్ਮੀ ਮਾਤਾ ਦੀ ਪੂਜਾ ਕਰਾਂ ਹਾਂ ਹਾਂ ਉਹਨੇ ਵੱਡੀ ਮੂਰਤੀ ਲਈ ਸਾਰਾ ਵਿਚਾਰਾ ਪੋਸਟ ਦੇ ਬਾਹਰ ਹੋਣੀ ਹੈ ਉਸੇ 100-125 ਰੁਪਏ ਦੀ ਜੋੜੀ ਮਿਲੀ ਜਾਣੀ 100-125 ਦੀ ਜੋੜੀ ਹੋਰ ਕੇ ਅੱਛਾ ਤੇ ਐਸੇ ਐਸੇ ਲੋਕ ਵੀ ਆਂਦੇ ਨੇ ਜਿਹੜਾ 1800 ਜੋੜੀ ਆਈ ਉਹ ਵੀ ਐਸਾ ਕੋਲ ਅਸੀਂ ਹਰ ਇੱਕ ਦੇ ਵਿਚਾਰ ਦੇਖਣੇ ਹਰ ਇੱਕ ਦੀ ਜੇਬ ਦੇਖਣੀ ਹੈ ਕਿੰਨੇ ਪੈਸੇ ਖਰਚੇ ਜਦਾ ਉਸੇ ਸਾਰੇ ਮੋਟੇ ਰੱਖਦੇ ਸਾਡੀ ਜੇਬ ਦੇਖੀ ਕਿੰਨੇ ਪੈਸੇ ਖਰਚਾਣੇ ਦੇ ਸਾਡੇ ਕੋਲ ਕਿੰਨੇ ਪੈਸੇ ਖਰਚਾਣੇ ਤੁਸੀਂ ਵੀ ਲక్ష్ਮੀ ਪੂਜਾ ਕਰੋ ਹਾਂ ਤੇ ਸਾਡੇ ਕੋਲ ਕਿਸ ਰੇਂਜ ਸੀ ਦੇ ਰੇਂਜ ਦੀ ਮੂਰਤੀ ਦੇਣੀ ਤੁਹਾਨੂੰ ਬੋਲੋ ਤੁਸੀਂ ਜਿਹੜੀ ਮਰਜ਼ੀ ਚੁੱਕ ਲਓ ਕਿਹੜੀ ਗੱਲ ਇਹ ਮਤਲਬ ਇਹ ਜਿਹੜਾ ਅੱਡਾ ਮੈਂ ਸੁਣਿਆ ਅੱਡਾ ਵੀ ਤੁਸੀਂ ਆਪੋ ਬਣਾਇਆ ਦਾ ਇਹ ਸਾਰਾ ਸੇ ਆਪਣੇ ਬਣਾਉਂਦੇ ਆ ਪਹਿਲੇ ਮੈਂ ਇੱਟਾਂ ਜੋੜਦਾ ਹਾਂ ਬੱਲੀਆਂ ਲੈਂਦਾ ਹਾਂ ਹੁਣ ਮੈਂ ਵੈਲਡਿੰਗ ਕਰਾਈ ਹੈ ਪੂਰਾ ਫੱਟਾ ਤਿਆਗਦਾ ਫੱਟੇ ਆਪਣੇ ਨਵੇਂ ਬਣਾਏ ਦੇ ਖਾਲੀ ਨਟ ਬੋਲਟ ਜੋੜਨੇ ਅੱਡਾ ਤਿਆਰ ਅੱਡਾ ਤਿਆਰ ਕੀ ਬਾਤ ਹੈ ਦਿਮਾਗ ਤੋਂ ਆਪੂ ਲੱਗਦਾ ਹਾਂ ਇਹ ਉੱਪਰ ਭਾਵੇਂ ਚੜੋ ਕੋਈ ਹੁਣ ਰਾਤੀ ਕੀ ਕਰਨਾ ਇਹਦਾ ਰਾਤੀ ਇਹ ਕਨਾਲ ਫੇਰਨੀ ਸੀ ਅੱਗੇ ਪਿਛੇ ਅੱਛਾ ਦਿਮਾਗ ਰਾਤੀ ਕੋਈ ਚੋਰੀ ਜਾਰੀ ਹੋਈ ਹੈ ਕੋਈ ਨਹੀਂ ਚੋਰੀ ਨਹੀਂ ਕੈਮਰੇ ਲੱਗੇ ਦੇ ਅੰਦਰ ਸੋਨਾ ਮੁੰਡੇ ਨੇ ਅੱਛਾ ਅੰਦਰ ਮੁੰਡੇ ਨੇ ਸੋਨਾ ਅੰਦਰ ਮੁੰਡੇ
साढ़े दादे का नाँ चला था। अच्छा। सानू मेरे को ये नहीं है कि अस कमाई करा दे कोई एक भगवान की पूजा कोई छोटे को छोटा बंदा भी करा ना सू खुशी होंगी है और कोई जो बंद पुराने बंद आते वाकई महाराज वो चरणदास हुंदी दुकान ना कुंदा चलिया चरणदास दादे का पोतरे की खुशी हुई कि मेरे दादे का नाँ चला था छोटिया भैया जिस टाइम साड़ी भरजाई बैठी होंगी भैया इं नहीं कर सकते हैं तो जियां भरजाई ने घर जाना तो इन्हें सबको पहले मूर्ति चुकी ये फोटो चुकी अंदर करनी है ए, ए, ए भी चलता रहा फिर इतने लाइए ये रिड़ी 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 इतने आई है मतलब मूर्ति के अटैचमेंट होगी बेगे ने दोबारा इश्क है रिड़ी रिड़ी अगे भी जानी है अगे चुके लेनी तो तुम दिखी सकते हो ये देखो निक्की मूर्ति भी है किन्ने की मूर्ति है सौ सवा सौ रुपए की यह दो मूर्ति है नॉर्मल बंदा भी ले सकता तो यह सारी मिट्टी की मूर्ति है मिट्टी की मूर्ति है मतलब सौ सवा सौ गुल गिफ्ट मतलब मूर्ति आइटम शुरू है ठीक है जी तो देखो अगर तुम तो लोग भी मिट्टी की मूर्ति लाना चाहते हो मी सौ रुपए की डब्बी देखो कितनी प्यारी चीज है ये भी मिट्टी की है ये भी मिट्टी की लेकिन यह होती है ये लॉकर पूजा कीते अपने लॉकर च रखी ओड़ो लक्ष्मी माता की सेफ्टी और ये देखी सकते हो सौ रुपए की मूर्ति है ये लक्ष्मी गणेश की तो यह डेढ़ सौ रुपए की जोड़ी है डेढ़ सौ की है सर तो और मैं थोड़ी और वरायटी दसो कि जोड़ी साढ़े त्रै सौ रुपए की जोड़ी है त्रै सौ की है ढाई सौ की है दो सौ की है फिर उपर साढ़े चार सौ पाँच सौ चार सौ अस्सी इं अलग अलग वरायटी के हिसाब कन्नै कारीगरी के हिसाब कन्नै कोई पसंद करता उच्चे सिंघासन आई और रेट अलग होता कोई छोटे सिंघासन आई और रेट अलग होता अलग अलग वरायटी है साढ़े को लास्ट साढ़े को इक्की सौ रुपये तक जोड़ी है इक्की सौ रुपये कुबेर और भी रखे कुबेर भी हैं इंदी पूजा भी होंगी ना इंदी पूजा भी होंगी महाराज ये देखी सकते हो अगर तुसे भी गिफ्ट लैने ने मिट्टी की मूर्ति लैनी है तुसें कुत्थे आना भैया सनाओ कुत्थे आना ऐसे आना पकड़ेंगे शंभू बाइंडिंग हाउस गगन सेठी ज्वेलर की दुकान के कन्ने गगन सेठी ज्वेलर।